ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਉਹ ਬਚਪਨ ਤੋਂ ਹੀ ਮੈਨੂੰ ਹੌਕੀ ਦੇ ਵਿੱਚ ਉਹ ਮਾਹੌਲ ਮਿਲਿਆ ਜਿਹੜਾ ਕਿ ਇੱਕ ਬੱਚੇ ਨੂੰ ਮਿਲਣਾ ਚਾਹੀਦਾ ਸਪੋਰਟਸ ਦੇ ਉਹ ਦਰੋਣਾ ਚਾਰਿਆ ਪਹਿਲਾਂ ਮੈਨੂੰ ਮਹਾਰਾਜਾ ਅਨਜੀਤ ਸਿੰਘ ਅਵਾਰਡ ਪੰਜਾਬ ਦੇ ਚੀਫ ਮਿਨਿਸਟਰ ਨੇ ਦਿੱਤਾ ਪੰਜਾਬ ਗਵਰਨਮੈਂਟ ਨੇ ਜਦੋਂ 9084 ਦੇ ਵਿੱਚ ਮੈਂ 올림픽 ਖੇਡਿਆ ਔਰ ਮੈਂ ਬੜੀ ਅੱਛੀ ਪਰਫਾਰਮੈਂਸ ਦਿੱਤੀ ਔਰ ਉਤੋਂ 9083 ਦੇ ਵਿੱਚ ਮੈਂ ਵਰਲਡ ਲੈਵਲ ਨੂੰ ਖੇਡਿਆ ਜਾ ਕੇ ਦੁਨੀਆ ਦੀ ਇੱਕ ਟੀਮ ਵਾਲੀ ਸੀ 83 ਦੇ ਵਿੱਚ ਉਹਦੇ ਨੂੰ ਉਹਨੂੰ ਰਿਪਰੈਜ਼ੈਂਟ ਕੀਤਾ ਅੱਜ ਅਸੀਂ ਤੁਹਾਨੂੰ ਉਸ ਸ਼ਖਸ ਦੇ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਹਾਕੀ ਦੇ ਵਿੱਚ ਆਪਣਾ ਨਾਮ ਤੱਕ ਮਾਇਆ ਕਮਾਇਆ ਔਰ ਕਈ ਅਵਾਰਡ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸਾਡੇ ਨਾਮ ਇਸ ਟਾਈਮ ਮੌਜੂਦ ਹੈ ਸਰਦਾਰ ਹੌਕੀ ਦੇ ਅ ਸਰਦਾਰ ਰਣਜਿੰਦਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਹੌਕੀ ਦਾ ਸ਼ੌਂਕ ਕਿੱਥੋਂ ਪੈਦਾ ਹੋਇਆ ਤੇ ਕਦੋਂ ਖੇਲਣਾ ਸ਼ੁਰੂ ਕੀਤਾ ਦੇਖੋ ਮੇਰਾ ਜਨਮ ਹੈ ਜੋ ਪਿੰਡ ਸ੍ਰੀ ਜਿਹੜਾ ਨਕੌਦਰ ਦੇ ਲੱਗੇ ਆ ਡਿਸਟ੍ਰਿਕਟ ਜਲੰਧਰ ਚ ਉੱਥੇ ਮੇਰਾ ਜਨਮ ਹੋਇਆ ਔਰ ਉਸ ਪਿੰਡ ਦੇ ਵਿੱਚ ਹੌਕੀ ਇੰਨੀ ਜ਼ਿਆਦਾ ਖੇਡਦੇ ਸੀ ਲੋਕੋ ਬੱਚੇ ਕੇ ਜਿੰਨੇ ਵੀ ਪਿੰਡ ਦੇ ਵਿੱਚ ਲੜਕੇ ਸੀ ਉਹ ਸਾਰੇ ਸ਼ਾਮ ਨੂੰ ਗਰਾਊਂਡ ਦੇ ਵਿੱਚ ਆਉਂਦੇ ਸੀ ਔਰ ਉਸ ਪਿੰਡ ਦੀ ਹਾਕੀ ਬਹੁਤ ਮਸ਼ਹੂਰ ਹਾਕੀ ਹੋਈ ਹੈ ਔਰ ਅਜੇ ਤੱਕ ਵੀ ਉੱਥੇ ਬੱਚੇ ਬਹੁਤ ਜ਼ਿਆਦਾ ਖੇਡ ਰਹੇ ਸੋ ਮੈਨੂੰ ਪਿੰਡ ਤੋਂ ਮੇਰੇ ਬ੍ਰਦਰ ਸੀ ਦੋ ਉਹ ਵੀ ਗਰਾਊਂਡ ਤੇ ਵੇਜ ਜਾਂਦੇ ਸੀ ਸੋ ਉਹਨਾਂ ਨੇ ਮੈਨੂੰ ਛੋਟੇ ਹੁੰਦੇ ਨੂੰ ਨਾਲ ਲੈ ਕੇ ਜਾਣਾ ਗਰਾਊਂਡ ਦੇ ਵਿੱਚ ਸੋ ਬਚਪਨ ਤੋਂ ਹੀ ਮੈਨੂੰ ਹਾਕੀ ਦੇ ਵਿੱਚ ਉਹ ਮਾਹੌਲ ਮਿਲਿਆ ਜਿਹੜਾ ਕਿ ਇੱਕ ਬੱਚੇ ਨੂੰ ਮਿਲਣਾ ਚਾਹੀਦਾ ਸਪੋਰਟਸ ਦੇ ਵਿੱਚ ਸਰ ਹਾਕੀ ਦਾ ਮੈਚ ਕਿੱਥੇ ਕਿੱਥੇ ਖੇਡ ਚੁਕੇ ਹੋ ਉਹ ਕਿਹਦੇ ਨਾਲ-ਨਾਲ ਖੇਡ ਚੁਕੇ ਹੋ ਦੇਖੋ ਸ਼ੁਰੂਆਤ ਮੇਰੀ ਸਕੂਲ ਦੇ ਵਿੱਚ ਹੋਈ ਪਿੰਡ ਸ੍ਰੀ ਦਾ ਸਕੂਲ ਸੀ ਜਿਹੜਾ ਜਦੋਂ ਛੋਟਾ ਬਚਪਨ ਦੇ ਵਿੱਚ ਹਾਕੀ ਖੇਡਣੀ ਸ਼ੁਰੂ ਕੀਤੀ ਕਿ ਉਸ ਵੇਲੇ ਜਦਾਂ ਏਜ ਦੇ ਹਿਸਾਬ ਨਾਲ ਅੰਡਰ 14 ਟੀਮ ਹੁੰਦੀ ਸੀ ਉਹਦੇ ਵਿੱਚ ਮੈਂ ਖੇਡਿਆ ਸਕੂਲ ਦੇ ਵੱਲੋਂ ਡਿਸਟ੍ਰਿਕਟ ਤੱਕ ਫਿਰ ਵੱਡੀ ਟੀਮ ਜਿਹੜੀ ਹੁੰਦੀ ਸੀ ਸੀਨੀਅਰ ਟੀਮ ਦਸਵੀਂ ਤੱਕ ਉਹ ਹੁੰਦੀ ਸੀ ਦਸਵੀਂ ਦੇ ਉਹ ਵੀ ਐਂਟਰ ਡਿਸਟ੍ਰਿਕਟ ਤੱਕ ਖੇਡਿਆ ਉਹ ਤੋਂ ਬਾਅਦ ਮੈਂ ਫਿਰ ਨਕੋਦਰ ਕਾਲਜ ਦੇ ਵਿੱਚ ਆ ਗਿਆ ਕੇ ਆਰ ਐਮ ਡੀ ਐ ਵੀ ਕਾਲਜ ਨਕੋਦਰ ਉਹ ਕਾਲਜ ਦੇ ਵਿੱਚ ਮੈਂ ਜਿੰਨੇ ਵੀ ਕਾਲਜ ਵੱਲੋਂ ਮੈਚ ਖੇਡੇ ਜਦੋਂ ਹਰ ਪਿੰਡ ਦੇ ਵਿੱਚ ਉਸ ਵੇਲੇ ਇੰਨੀ ਹੋਕੀ ਹਰ ਪਿੰਡ ਦੇ ਵਿੱਚ ਹਰ ਕਸਬੇ ਦੇ ਵਿੱਚ ਹੋਕੀ ਹੁੰਦੀ ਸੀ ਟੂਰਨਾਮੈਂਟ ਉਹ ਉਹ ਖੇਡਦੇ ਫਿਰ ਇੰਟਰ ਕਾਲਜ ਖੇਡੇ ਉੱਥੋਂ ਉੱਥੋਂ ਪੇ ਗੁਰੂ ਨਾਨਕ ਦੇਵ ਜੁਨੀਵਰਸਿਟੀ ਨੂੰ ਰਿਪਰੈਜ਼ੈਂਟ ਕੀਤਾ ਦੰਨਵਾਰ ਫਿਰ ਇੰਡੀਅਨ ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਕੀਤਾ ਸੋ ਉੱਥੇ ਜਾ ਕੇ ਹੀ ਮੇਰੀ ਹਾਕੀ ਦਾ ਜ਼ਿਆਦਾ ਸਦਾ ਹੋਇਆ ਕਾਲਜ ਦੇ ਵਿੱਚ ਹੀ ਹਰ ਗੇਮ ਜਿਹਦੇ ਕੋਈ ਨਾ ਕੋਈ ਉਸਤਾਦ ਹੁੰਦਾ ਤੁਹਾਡਾ ਉਸਤਾਦ ਕੌਣ ਹੈ ਦੇਖੋ ਸਕੂਲ ਦੇ ਵਿੱਚ ਤਾਂ ਜਿਹੜੇ ਸਾਡੇ ਸੀ ਮਾਸਟਰ ਕੇਵਲ ਕ੍ਰਿਸ਼ਨ ਸੀ ਉਹ ਸਾਨੂੰ ਟ੍ਰੇਨਿੰਗ ਦਿੰਦੇ ਸੀ ਪਾਲ ਸਿੰਘ ਸੀ ਉਹ ਸਾਨੂੰ ਟ੍ਰੇਨਿੰਗ ਦਿੰਦੇ ਸੀ ਲੇਕਿਨ ਨਕੋਦਰ ਕਾਲਜ ਦੇ ਵਿੱਚ ਆਏ ਜਦੋਂ ਉਸ ਵੇਲੇ ਮੈਨੂੰ ਬਹੁਤ ਅੱਛੇ ਕੋਚ ਮਿਲੇ ਜਿਹੜੇ ਕਿ ਮੈਂ ਸਾਂਝਦਾ ਉਹਨਾਂ ਦਾ ਵਰਗਾ ਕੋਈ ਕੋਚ ਹੈ ਨਹੀਂ ਕਿਉਂਕਿ ਉਹ ਆਪ ਵੀ ਬਹੁਤ ਅੱਛੇ ਪਲੇਅਰ ਸੀ ਜੋ ਕਿ ਉਸ ਟਾਈਮ ਦੇ ਵਿੱਚ ਬਹੁਤ 72 ਦੇ ਵਿੱਚ ਜਿਹੜੀ ਇੰਡੀਅਨ ਯੂਨੀਵਰਸਿਟੀ ਆਸਟ੍ਰੇਲੀਆ ਟੂਰ ਤੇ ਗਈ ਉਹਦੇ ਉਹ ਕਪਤਾਨ ਸੀ ਤੇ ਬਾਅਦ ਵਿੱਚ ਉਹਨਾਂ ਨੇ ਆਪਣੀ ਫਿਜ਼ੀਕਲ ਐਜੂਕੇਸ਼ਨ ਦੀ ਮਾਸਟਰ ਕਰਕੇ ਔਰ ਕਾਲਜ ਦੇ ਵਿੱਚ ਕੋਚਿੰਗ ਦਾ ਜਿਹੜਾ ਨਕੋਦਰ ਦੇ ਵਿੱਚ ਪਹਿਲਾਂ ਉਹਨਾਂ ਨੂੰ ਮਿਲਿਆ ਔਰ ਉਸ ਵੇਲੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਟ੍ਰੇਨਿੰਗ ਦਿੱਤੀ ਕਿਉਂਕਿ ਮੇਰੀ ਇੰਨੀ ਟ੍ਰੇਨਿੰਗ ਹਾਰਡ ਸੀ ਜੇ ਕਿ ਜਿਹੜੀ ਕਿ ਤੁਸੀਂ ਕਹੋਗੇ ਬਈ ਬਹੁਤ ਜ਼ਿਆਦਾ ਹਾਰਡ ਹੈ ਰਨਿੰਗ ਵੀ ਔਰ ਤਿੰਨ ਤਿੰਨ ਚਾਰ ਚਾਰ ਘੰਟੇ ਪ੍ਰੈਕਟਿਸ ਕਰਾਉਣੀ ਹਾਕੀ ਦੀ ਬਾਲਾਂ ਦੇ ਨਾਲ ਤੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਮਿਹਨਤ ਕਰਾਈ ਜਿਸ ਤੋਂ ਕਿ ਮੇਰੀ ਹਾਕੀ ਦੇ ਵਿੱਚ ਬਹੁਤ ਜ਼ਿਆਦਾ ਨਿਖਾਰ ਆਇਆ ਔਰ ਉਹਨਾਂ ਦੇ ਸੁਪਨੇ ਵੀ ਇਹੀ ਸੀ ਜੋ ਆਮ ਕਿਉਂਕਿ ਹੁਣ ਮੈਨੂੰ ਬਾਅਦ ਵਿੱਚ ਮਿਲਦੇ ਰਿਹਾ ਜਿਹੜਾ ਬੀਟਲ ਸਪੋਰਟਸ ਵਾਲੇ ਸੀਰਮੇ ਜਿਹੜੇ ਸੁਰਗਵਾਸ ਹੋ ਗਏ ਜਾ ਹੋਰ ਜਿੰਨੇ ਜਲੰਧਰ ਦੇ ਬਾਬਾ ਬੋਦੀ ਜੀ ਸੀ ਉਹਨਾਂ ਨੇ ਉਸ ਵੇਲੇ ਹੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਸ ਲੜਕੇ ਨੂੰ ਮੈਂ ਇੰਡੀਆ ਜਰੂਰ ਖਿਲਾਵਾਂਗਾ ਔਰ ਇਹਦੇ ਵਿੱਚ ਟੈਲੈਂਟ ਹੈ ਜੇ ਇਹ ਖੇਡਣ ਵਾਲਾ ਇਹ ਖੇਡੇਗਾ ਉਹ ਕਿਉਂਕਿ ਜਦੋਂ ਮੈਂ ਬਾਅਦ ਚ ਖੇਡ ਗਿਆ ਉਸ ਵੇਲੇ ਸਾਨੂੰ ਉਹਨਾਂ ਨੇ ਦੱਸਿਆ ਵੀ ਉਹਨਾਂ ਦੀ ਆਹਾ ਤੁਹਾਡੇ ਬਾਰੇ ਪਹਿਲਾਂ ਹੀ ਹੁੰਦੀ ਸੀ ਅ ਦਰੋਣਾਚਾਰੇ ਆਵਾਰਨਾ ਤੁਹਾਨੂੰ ਸਨਮਾਨਿਤ ਕੀਤਾ ਗਿਆ ਉਸ ਤੋਂ ਇਲਾਵਾ ਕਿਹੜੇ-ਕਿਹੜੇ ਸਨਮਾਨ ਤੁਹਾਨੂੰ ਮਿਲ ਚੁੱਕੇ ਹੈ ਮੈਨੂੰ ਦਰੋਣਾ ਚਾਰਿਆ ਪਹਿਲਾਂ ਮੈਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਪੰਜਾਬ ਦੇ ਚੀਫ ਮਿਨਿਸਟਰ ਨੇ ਦਿੱਤਾ ਪੰਜਾਬ ਗਵਰਨਮੈਂਟ ਨੇ ਜਦੋਂ 9084 ਦੇ ਵਿੱਚ ਮੈਂ 올림픽 ਖੇਡਿਆ ਔਰ ਮੈਂ ਬੜੀ ਅੱਛੀ ਪਰਫਾਰਮੈਂਸ ਦਿੱਤੀ ਔਰ ਉਤੋਂ 983 ਦੇ ਵਿੱਚ ਮੈਂ ਵਰਲਡ ਲੈਵਲ ਨੂੰ ਖੇਡਿਆ ਜੇ ਕਿ ਦੁਨੀਆ ਦੀ ਇੱਕ ਟੀਮ ਵਾਲੀ ਸੀ 83 ਦੇ ਵਿੱਚ ਉਹਦੇ ਨੂੰ ਉਹਨੇ ਰਿਪਰੈਜ਼ੈਂਟ ਕੀਤਾ ਉਹਦੇ ਵਿੱਚ ਮੇਰਾ ਨਾਮ ਆਇਆ ਔਰ ਉਸ ਤੋਂ ਬਾਅਦ ਫਿਰ ਮੈਨੂੰ 2005 ਦੇ ਵਿੱਚ ਅ ਧਿਆਨ ਚੰਦ ਵਾਰਡ ਦਿੱਤਾ ਇੰਡੀਅਨ ਪ੍ਰੈਜ਼ੀਡੈਂਟ ਨੇ ਇੰਡੀਆ ਦਾ ਪ੍ਰੈਜ਼ੀਡੈਂਸੀ ਅਬਦੁਲ ਕਲਾਮ ਜੀ ਔਰ ਫਿਰ ਮੈਨੂੰ ਵੈਸਟ ਕੋਚ ਦਾ ਜਿਹੜਾ ਵੀ 2011 ਦੇ ਵਿੱਚ ਮਿਲਿਆ ਦਰੋਣਾਚਾਰੀਆ ਅਵਾਰਡ ਔਰ ਉਹ ਪ੍ਰਤੀਬਾ ਪਾਟਲ ਜੀ ਨੇ ਜੋ ਕਿ ਇੰਡੀਆ ਦੀ ਰਾਸ਼ਟਰਪਤੀ ਨੂੰਨ ਦਿੱਤਾ ਔਰ ਹੋਰ ਵੀ ਬਹੁਤ ਸਾਰੇ ਅਵਾਰਡ ਮਿਲੇ ਜਿਹੜੇ ਕਿ ਮੇਰੇ ਮੈਨੂੰ ਮੇਰੇ ਮੈਨੂੰ ਪ੍ਰਾਪਤ ਹੋਏ ਟੂਰਨਾਮੈਂਟਾਂ ਤੇ ਜੈ ਸੋਸਾਇਟੀਆਂ ਨੇ ਔਰ ਮੈਨੂੰ ਉਹ ਅਵਾਰਡ ਕਾਫੀ ਜੋ ਆਪਣੇ ਆਪ ਵਿੱਚ ਮੈਨਾ ਰੱਖਾਂਦੇ ਮਿਲੇ ਬੱਚਿਆਂ ਨੂੰ ਤੁਸੀਂ ਹਾਕੀ ਦਾ ਸਿਖਾਉਂਦੇ ਸਿਖਾਉਂਦੇ ਹੋ ਇਸ ਤੋਂ ਇਲਾਵਾ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਚੁੱਕੇ ਹੋ ਦੇਖੋ ਸ਼ੁਰੂਆਤ ਮੇਰੀ ਜਿਹੜੀ ਸੀ ਜਦੋਂ ਮੈਂ ਇੰਡੀਅਨ ਯੂਨੀਵਰਸਿਟੀ ਦੇ ਵਿੱਚ ਸੀ ਉਸ ਵੇਲੇ ਮੇਰੀ ਇੰਡੀਆ ਕੈਂਪ ਦੇ ਵਿੱਚ 81 ਦੇ ਵਿੱਚ 80 ਦੇ 80 ਜਿਹੜੀ ਸੀ 80 올림픽 ਟੀਮ ਉਹਦੇ ਵਿੱਚ ਮੈਂ ਇੰਡੀਆ ਕੈਂਪ ਸੀ ਔਰ ਉਸ ਤੋਂ ਉਸ ਵੇਲੇ ਸਟੈਂਡ ਬਾਈ ਸੀ ਔਰ ਉਸ ਵੇਲੇ ਮੈਨੂੰ ਇੰਡੀਅਨ ਰੇਲਵੇ ਨੇ ਉੱਥੋਂ ਆਫਰ ਕੀਤੀ ਮੈਂ ਇੰਡੀਅਨ ਰੇਲਵੇ ਜੁਆਇਨ ਕਰ ਲਈ ਉਸ ਤੋਂ ਬਾਅਦ 1 ਸਾਲ ਕਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਮੈਨੂੰ ਆਫਰ ਕੀਤੀ ਮੈਂ ਪੰਜਾਬ ਪੁਲਿਸ ਚ ਆ ਗਿਆ ਔਰ ਮੈਂ ਉੱਥੇ 7 ਸਾਲ ਐਜ ਇਨਸਪੈਕਟਰ ਖੇਡਦਾ ਰਿਹਾ ਉਹ ਉਸ ਤੋਂ ਬਾਅਦ ਮੈਨੂੰ ਜੋ ਕਿ ਪੰਜਾਬ ਵੜਾ ਸਿੰਧਵੇਕ ਨੇ ਟੀਮ ਬਣਾਈ ਜਿਹੜੀ ਉਹਦੇ ਵਿੱਚ ਆਫਰ ਮਿਲੀ ਮੈਂ ਉਹ ਪੰਜਾਬ ਦੇ ਸੈਂਡ ਬੈਂਕ ਨੂੰ ਜੁਆਇਨ ਕੀਤਾ ਔਰ ਇੱਥੇ ਆ ਕੇ ਵਧੀਆ ਟੀਮ ਬਣਾਈ ਹਾਂ ਬੇਟਾ ਤੁਹਾਡਾ ਇੰਟਰਨੈਸ਼ਨਲ ਹਾਕੀ ਪਲੇਅਰ ਹੈ ਉਹਦੇ ਬਾਰੇ ਕੀ ਕਹਿਣਾ ਦੇਖੋ ਉਹਨੂੰ ਵੀ ਸ਼ੁਰੂਆਤ ਦੇ ਵਿੱਚ ਮਾਹੌਲ ਮਿਲਿਆ ਕਿਉਂਕਿ ਘਰ ਦੇ ਵਿੱਚ ਮਾਹੌਲ ਸੀ ਮਾਹੌਲ ਦਾ ਹੁਣ ਬਹੁਤ ਜ਼ਰੂਰੀ ਹੈ ਉਹ ਵੀ ਉਸਨੇ ਸਕੂਲ ਲੈਵਲ ਤੇ ਹਾਕੀ ਤਾਂ ਨਹੀਂ ਖੇਡੀ ਕਾਲਜ ਲੈਵਲ ਤੇ ਜਾ ਕੇ ਸਟਾਰਟ ਕੀਤੀ ਜਦੋਂ ਪਲੱਸ 1 ਚ ਹੋ ਗਿਆ ਔਰ ਉਹ ਪਹਿਲੇ ਸਾਲ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਖੇਡਿਆ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕਪਤਾਨ ਵੀ ਰਿਹਾ ਇੰਡੀਅਨ ਯੂਨੀਵਰਸਿਟੀ ਖੇਡਿਆ ਇੰਡੀਅਨ ਯੂਨੀਵਰਸਿਟੀ ਦਾ ਕਪਤਾਨ ਰਿਹਾ ਔਰ ਡਿਫਰੈਂਟ ਡਿਫਰੈਂਟ ਟੂਰਨਾਮੈਂਟ ਜਿੱਦਾਂ ਕਿ ਈਵਨ ਨੈਸ਼ਨਲ ਨਹਿਰੂ ਬੰਬੇ 골ਡ ਕੱਪ ਗਰਮੀਤ ਫਰੀਦ ਕੋਟ ਬੈਸਟ ਟੂਰਨਾਮੈਂਟ ਜਿਹੜੇ ਸੀ ਉਹਨਾਂ ਦੇ ਵਿੱਚ ਉਹ ਬੈਸਟ ਪਲੇਅਰ ਆ ਵੀ ਬਣਿਆ ਔਰ ਉੱਥੋਂ ਪਏ ਉਹਦੀ ਸਿਲੈਕਸ਼ਨ ਇੰਡੀਅਨ ਕੈਂਪ ਲਈ ਔਰ ਇੰਡੀਆ ਟੀਮ ਦੇ ਵਿੱਚ ਉਹਦੀ ਸਿਲੈਕਸ਼ਨ ਹੋ ਗਈ ਤੋ ਅੱਜ ਕੱਲ ਵੀ ਉਹ ਕੈਂਪ ਦੇ ਵਿੱਚ ਜਿਹੜੀ 올림픽 ਟੀਮ ਜਾਣੀ ਉਹਦੇ ਉਸ ਕੈਂਪਸ ਦੇ ਵਿੱਚ ਹੈ ਬੈਂਗਲੌਰ ਦੇ ਵਿੱਚ ਉਹ ਟ੍ਰੇਨਿੰਗ ਚੱਲ ਰਹੀ ਹੈ ਉਹਦੀ ਬੇਟ ਤੋਂ ਇਲਾਵਾ ਘਰ ਦੇ ਵਿੱਚ ਹੋਰ ਕੋ ਕੌਣ ਹੈ ਦੇਖੋ ਬੱਚੇ ਮਾਤਾ ਤੋਂ ਹੈ ਇਹ ਪਿਤਾ ਜੀ ਦੀ ਡੈਥ ਹੋ ਚੁੱਕੀ ਹੈ ਔਰ ਵਾਈਫ ਹੈ ਦੋ ਬੇਟੀਆਂ ਉਹ ਕੈਨੇਡਾ ਵਿੱਚ ਰਹਿ ਰਹੀਆਂ ਕਿਉਂਕਿ ਉਹ ਐਜੂਕੇਸ਼ਨ ਦੇ ਉਹਨਾਂ ਨੇ ਅੱਛੀ ਕੀਤੀ ਔਰ ਉੱਥੇ ਅੱਛੀ ਜੌਬ ਤੇ ਲੱਗੀਆਂ ਕੈਨੇਡਾ ਦੇ ਵਿੱਚ 10ਵੀਂ ਤੱਕ ਉਸ ਤੋਂ ਬਾਅਦ ਡੀਏਵੀ ਕਾਲਜ ਕੋਲਦਰ ਉਹ ਗ੍ਰੈਜੂਏਸ਼ਨ ਕੀਤੀ ਫਿਰ ਮੈਂ ਜੋਬ ਤੋਂ ਬਾਅਦ ਡਿਊਰਿੰਗ ਜੋਬ ਐਨਐਸ ਕੀਤੀ ਪਟਿਆਲਾ ਤੋਂ ਜਿਵੇਂ ਜਿਹੜਾ ਕਿ ਹਾਕੀ ਕੋਚਿੰਗ ਦਾ ਡਿਪਲੋਮਾ ਉਹ ਕੀਤੀ ਔਰ ਉਸ ਤੋਂ ਬਾਅਦ ਜੋ ਐਫਏਐਚ ਕੋਰਸ ਕਰਾਉਂਦੀ ਹਾਕੀ ਦੇ ਬਾਰੇ ਹਾਈ ਪਰਫਾਰਮੈਂਸ ਕੋਚਿੰਗ ਕੋਰਸ ਉਹ ਵੀ ਮੈਂ ਪਾਸ ਕੀਤਾ ਔਰ ਇਹ ਜੋ ਕਿ ਸਪੈਸ਼ਲ ਕੋਰਸ ਆ ਸਿਰਫ ਹਾਕੀ ਦੇ ਫੀਲਡ ਦੇ ਵਿੱਚ ਹੀ ਮੇਰੇ ਕਿਉਂਕਿ ਮੈਂ ਆਪਣੀ ਸੇਵਾ ਹੌਕੀ ਦੇ ਵਿੱਚ ਕਰਨਾ ਚਾਹੁੰਦਾ ਸੀਗਾ ਸਾਰੀ ਔਰ ਇਸ ਕਰਕੇ ਇਹ ਮੈਂ ਕੋਰਸ ਕੀਤੇ ਕੁਆਲੀਫਾਈਡ ਕੋਚ ਇੱਕ ਸੱਚੀ ਨਾਮ ਆਇਆ ਤੁਹਾਨੂੰ ਦੇਖੋ ਅੱਜ ਕੱਲ ਜੋ ਇੱਕ ਪੰਜਾਬੀ ਸਭਾ ਬਣੀ ਆ ਉਹਨੇ ਮੇਰਾ ਜਿਹੜੇ ਸਿਰਮੌਰ ਪੰਜਾਬੀ 101 ਕੱਡੇ ਉਹਨਾਂ ਦੇ ਵਿੱਚ ਮੇਰਾ ਨਾਮ ਉਹਨਾਂ ਨੇ ਰੱਖਿਆ ਹਰ ਇੱਕ ਜਿਹੜੀ ਕਿ ਇੱਕ ਕਮਿਊਨਿਟੀ ਦੇ ਲਈ ਮਾਣ ਦੀ ਗੱਲ ਹੈ ਇਹ ਸੀ ਸਰਦਾਰ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਹਾਕੀ ਦੇ ਵਿੱਚ ਆਪਣਾ ਨਾਮ ਕਮਾਇਆ ਔਰ ਕਈ ਖਦਾਬਾਨਾ ਨੂੰ ਸਨਮਾਨਿਤ ਵੀ ਕੀਤਾ ਗਿਆ ਕੈਮਰਾਮੈਨ ਕਾਕੂ ਦੇ ਨਾਮ ਵਿਨੈਸ਼ ਸ਼ਰਮਾ ਡੈਨਿਕਸ ਵੈਲਾ ਟੀਵੀ ਜਲੰਧਰ ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन छोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल 8437494647 8437494648